कोई मित्रों विजय का स्टोर ते आ गए हैं। और भाई किदा ठीक ठाक ही ते और किवें ते अज आप लैन आए हैं जी होली का स्टैश। चेक करो अपना भरा ना लाया अमर ते अज आप लवेंगे सिलेंडर ठीक है रंग स्प्रे सारा कुछ ले लेना अज ही ते आप पहला लेना सिलेंडर कोक ब्रांड का किन्ने किलो का सारा माल लगे चेक करो इधर खुला भी रंग मिल जाएगा इधर चेक करो पैकेट लगे ने इधर गट्टा लगा है गट्टा ही ठाता है इत्थों सवेरे लगना माल तुहानूं दे दो चेक करो हूं आप लैने जी एक ले लिया सिलेंडर लैने आप रंग कोक ब्रांड का केड़ा एक तो ले लिया काला रंग ये वेख लो तुसीं उत्ते ही वेख लो काला ते वधिया रंग वा पक्के रंग रहने ना अमर तेरे वास्ते पक्के लैने आप रंग पक्के लैने ने मजे ही लो जी एक आ ले लैने आप स्प्रे ले लैने किन्ने रंग दे गुब्बारे टेस्टिंग कराओ टेस्टिंग किधर तार वे तू तार ओ ना मजा नहीं आना जिंदा ने आ मजा ही आई है फिर आ दे दो और हैं दो ते और के माल आ पैकेट बखा दो रंगा दे कलर स्मोक लेना बढ़िया लगे अच्छी है ओ पाए ने बात चलता मैं करना पाए ने मैंने बढ़िया चलता है वेला टाइम पूरा लेंदा ही है मित्रों एक ले लिया चेक करो जो लेके गए ਕਹਿੰਦੇ ਬੱਚੇ ਹੁੰਦੇ ਨੇ 111 ਚੱਲ ਬਾਈ ਮੈਚ ਸ਼ੁਰੂ ਹੋ ਗਿਆ ਮੈਚ ਸ਼ੁਰੂ ਹੋ ਗਿਆ ਤੇਰਾ ਅਹੀਂ ਰੰਗ ਲੈਣਾ ਹੈ 10 ਵੀ ਕੋਈ ਮਿੱਤਰੋ ਇੱਕ ਆ ਲੈਨੇ ਇਹ ਤਾਂ ਪੈਕਿੰਗ ਖੁੱਲੀ ਹੈ ਚੈੱਕ ਕਰੋ ਵਿੱਚ ਬਹੁਤ ਬੜੀ ਖੁਸ਼ਬੂ ਹੈ ਰੰਗ ਚੈੱਕ ਕਰੋ ਸਾਰੇ ਕਲਰ ਅਵੇਲੇਬਲ ਨੇ ਇਹਦੇ ਵਿੱਚ ਗ੍ਰੀਨ ਬਲੂ ਇੱਧਰ ਚੈੱਕ ਕਰੋ ਤੋਦੀਆ ਕਲਰ ਹੈ ਔਰੇਂਜ ਚੱਲ ਰੈੱਡ ਰੈੱਡ ਆ ਗਿਆ ਜੀ ਤੇ ਇਹਦੇ ਚ ਪੈਕਿੰਗ ਪੈਕਿੰਗ ਦੇ ਦੋ ਕਿੰਨੇ ਲਈਏ ਦੋ ਲੈ ਲਈਏ ਦੋ ਦੇ ਦੋ ਇਹਦੇ ਵਿੱਚ ਪੈਕਿੰਗ ਬਸ दो पैक नहीं मित्र शैश हो गया जी अपना पांच स्प्रे ठीक है एक पक्के रंग की डब्बी एक ले लिया जी कलर ते एक ले लिया कोक ब्रांड का सिलेंडर ते दो ले लिया जी गुलार रंग चेक करो मित्रों बहुत ही वधिया क्वालिटी कोई साइड इफेक्ट नहीं है भाजी का कोई साइड इफेक्ट नहीं है साइड इफेक्ट कोई भी नहीं ठीक है जी चेक करो मित्रों ब्राउन गड्डा कल आएगा ब्राउन गड्डा आप कल लग जावे मित्रों समान कहते पैक हो गया स्टैश होली स्टैश चेक करो मित्रों ते तुहानू विखाई दिता कोक ब्रांड का सिलेंडर ते भाई कहते ब्राउन गड्डा कल ले ली गेरू का चलो जी हुण आपां चलदे आं घर नूं ते लेट्स गो मित्रों शेर पा लिया जी आपां शेर का मूंह चेक करो इश्की लग जांदे आ इह कम्म मित्रों चेक करो ठीक है ना समान हुण पूरी देर पानी होली पहला तो तेरी कहते ना पानी पक्के रंग ना जिहड़े आपां इधरों लिते आपां घर आ तेनू सारा रंग देना है इधर अख बेच जाने इधर मित्रो ਕਹਿੰਦੇ ਵੀ ਹੋਲੀ ਸਟੇਸ਼ ਲਾਗੇ ਤੁਰ ਪਿਆ ਚੈੱਕ ਕਰੋ ਮਿੱਤਰੋ ਓਏ ਇਸ਼ਕੀ ਲੱਗਾ ਕਹਿੰਦੇ ਬਾਏ ਬਾਏ ਰਾਜੇ ਰਾਜੇ ਵਾਲੇ ਚੈੱਕ ਕਰੋ ਮਿੱਤਰੋ ਬਾਜ਼ਾਰ ਹੁਣ ਹੋਲੀ ਨਾ ਭਜ ਗਿਆ ਚੈੱਕ ਕਰੋ ਇੱਧਰ ਵੀ ਮੋਲ ਚਲ ਬਣਿਆ ਹੋਲੀ ਦਾ ਕਲਰ ਲੱਗੇ ਹੋਏ ਨੇ ਸਾਰੇ ਚੈੱਕ ਕਰੋ ਸੋ ਹਾਂਜੀ ਮਿੱਤਰੋ ਕਹਿੰਦੇ ਸੀ ਆਪਾਂ ਘਰ ਪਹੁੰਚ ਗਏ ਆ ਤੇ ਹੁਣ ਤੁਹਾਨੂੰ ਵਿਖਾਉਂਦੇ ਆ ਜੀ
ਜਿਹੜਾ ਆਪਾਂ ਲੈ ਕੇ ਆਏ ਆ ਮਤਲਬ ਤੁਹਾਨੂੰ ਹੁਣ ਮੈਂ ਸਾਰਾ ਖੋਲ ਕੇ ਨਹੀਂ ਵਿਖਾਵਾਂਗਾ ਜਿੱਥੇ ਵੀ ਜਿਹੜਾ ਵੀ ਆਪਾਂ ਸਮਾਨ ਲੈਂਦੇ ਤੁਹਾਨੂੰ ਮੈਂ ਦੱਸ ਹੀ ਦਿੱਤਾ ਤੇ ਹੁਣ ਅਗਲਾ ਸਟੈਚ ਮਤਲਬ ਅਗਲਾ ਵਲੋਗ ਆਏਗਾ ਸਟੈਚ ਦੇ ਜਿਵੇਂ ਆਪਾਂ ਸਾਰਾ ਤੁਹਾਨੂੰ ਸਮਾਨ ਵਿਖਾ ਦਾਂਗੇ ਹੁਣ ਯਾਰ ਵਲੋਗ ਲੰਮਾ ਹੋਏਗਾ ਤਾਂ ਕਰਕੇ ਮੈਂ ਕਹਿ ਰਿਹਾ ਤੇ ਅਗਲੇ ਵਲੋਗ ਤੁਹਾਨੂੰ ਵੇਖਣ ਨੂੰ ਮਿਲੇਗਾ ਵੀ ਸਾਰਾ ਆਪਾਂ ਸਮਾਨ ਵਿਖਾਵਾਂਗੇ ਵੀ ਆਪਾਂ ਕੀ ਲੈ ਕੇ ਆਏ ਆ ਥੋੜੀਆਂ ਆਈਟਮ ਲਿੱਤੀਆਂ ਤੇ ਪੈਸੇ ਵਾਹਵਾ ਲੱਗ ਗਏ ਨੇ ਪਰ ਇੱਕ ਚੀਜ਼ ਨਾ ਲੱਗ ਗਏ ਪੈਸੇ ਜ਼ਿਆਦਾ ਇਹ ਵੀ ਕਿਉਂ ਜਿਹੜਾ ਆਪਾਂ ਸਿਲੰਡਰ ਲਿਆਂਦਾ ਤੁਹਾਨੂੰ ਮੈਂ ਵਿਖਾਉਣਾ ਹੁਣ ਤੁਹਾਨੂੰ ਵਿਖਾਉਂਦੇ ਹਾਂ ਸਿਲੰਡਰ ਤੇ ਐਂਡ ਸਾਰਾ ਹੋਲੀ ਦਾ ਸਟੈਚ ਅਗਲੇ ਵਲੋਗ 'ਚ ਬਾਕੀ ਤੁਹਾਨੂੰ ਮਾੜਾ ਜਿਹਾ ਵਿਖਾ ਦਈਏ ਸ਼ੋਅ ਕਰਾ ਦਈਏ ਤੇ ਲਓ ਵੀ ਮਿੱਤਰੋ ਚੈੱਕ ਕਰੋ ਆ ਕੋਕ ਬ੍ਰਾਂਡ ਦਾ ਆ ਗਿਆ ਜੀ ਇਹ ਰੈੱਡ ਕਲਰ ਦਾ ਆ ਗਿਆ ਜੀ ਆਪਣੇ ਕੋਲ ਸਿਲੰਡਰ ਤੇ ਚੈੱਕ ਕਰੋ ਮਿੱਤਰੋ ਇੱਧਰ ਸਾਰਾ ਹੋਲੀ ਦਾ ਸਟੈਚ ਵਿੱਚ ਇਹ ਤੁਹਾਨੂੰ ਅਗਲੇ ਵਲੋਗ 'ਚ ਵੇਖਣ ਨੂੰ ਮਿਲੇਗਾ ਸਾਰਾ ਸਮਾਨ ਤੇ ਬਾਕੀ ਯਾਰ ਅਗਲਾ ਵਲੋਗ ਜ਼ਰੂਰ ਵੇਖਣਾ ਆਹ ਵੀ ਵਧੀਆ ਲੱਗੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਲਓ ਵੀ ਮਿੱਤਰੋ ਕਹਿੰਦੇ ਵੀ ਆਪਾਂ ਤੁਹਾਨੂੰ ਵਿਖਾ ਦਿੱਤਾ ਇਹ ਕੋਕ ਬ੍ਰਾਂਡ ਦਾ ਸਿਲੰਡਰ ਤੇ ਬਾਕੀ ਹੁਣ ਆਪਾਂ ਕੱਲ੍ਹ ਜਾਵਾਂਗੇ ਜੀ ਬਰਾਊਨ ਗੇਰੂ ਗੱਟਾ ਲੈਣ ਬਰਾਊਨ ਮਤਲਬ ਗੇਰੂ ਕਿਹਾ ਜਾਂਦਾ ਉਹਨੂੰ ਫਿਰੋਜ਼ਪੁਰ ਦੇ ਵਿੱਚ ਇੰਨਾ ਕੁ ਫੇਮਸ ਹੈ ਨਾ ਗੇਰੂ ਰੰਗ ਸਾਰੇ ਮੁੰਡੇ ਉਹਨਾਂ ਨਾਲ ਮਨਾਉਂਦੇ ਨੇ ਉਹ ਜੀ ਤੇ ਬਾਕੀ ਯਾਰ ਆਪਾਂ ਵੀ ਉਹ ਇੱਕ ਗੇਰੂ ਗੱਟਾ ਲੈ ਕੇ ਆਏ ਹਾਂ ਕਿ ਕਿਉਂ ਨਹੀਂ ਲੱਗੇ ਪੇਮੈਂਟ ਹੋ ਗਈ ਹੋਈ ਉਹਦੀ ਤੇ ਉਹ ਕਹਿੰਦੇ ਕੱਲ੍ਹ ਗੱਡੀ ਆਉਣੀ ਮਾਲ ਆਉਣਾ ਹੈ ਤੇ ਉਹਨਾਂ ਵਿੱਚੋਂ ਆਪਾਂ ਤੁਹਾਨੂੰ ਦੇ ਦਾਂਗੇ ਇੱਕ ਬਰਾਊਨ ਗੱਟਾ 20 ਕਿਲੋ ਦਾ ਗੱਟਾ ਆਏਗਾ ਤੇ ਬਾਕੀ ਯਾਰ ਆਪਾਂ ਛੋਟੀ ਜਿਹੀ ਸਟੈਚ ਕੀਤਾ ਹੈ ਮਤਲਬ ਟੈਸਟਿੰਗ ਆਪਾਂ ਲਿੱਤਾ ਸਟੈਚ ਥੋੜ੍ਹਾ ਜਿਹੀ ਹੋਲੀ ਦਾ ਕਿਉਂਕਿ ਤੁਹਾਨੂੰ ਨਾਮ ਪਤਾ ਇੱਕ ਬਰਾਊਨ ਗੱਟਿਆਂ ਵਾਲੀ ਹੋਲੀ ਮਨੀਜਰ ਨਹੀਂ ਆਪਣੀ ਕਿਉਂਕਿ ਬਾਹਰ ਇੱਕ ਗੱਟਾ ਵੱਧ ਦੂਰ ਸਾਨੂੰ ਪਿਛਲੇ ਵਾਰੀ ਜ਼ਿਆਦਾ ਬਹਿ ਗਿਆ ਠੀਕ ਹੈ ਅਤੇ ਇੱਕ ਆਪਣੇ ਕੋਲ ਸਿਲੰਡਰ ਆ ਗਿਆ ਅਤੇ ਇੱਕ ਸਪਰੇ ਆ ਗਈ ਬਸ ਇਹਨਾਂ ਦਾ ਕੰਮ ਸਰ ਜਿਹਨਾਂ ਅਤੇ ਹੋਰ ਆਪਾਂ ਕਿਹਨੂੰ ਲਾਉਣਾ ਬਸ ਫਿਰ ਆ ਗਏ ਨਾ ਧੋ ਗਏ ਯਾਰ ਨਹੀਂ ਅਤੇ ਬਾਕੀ ਯਾਰ ਹੁਣ ਆਪਾਂ ਮਿਲਦੇ ਹਾਂ ਕੱਲ੍ਹ ਅਤੇ ਬਾਕੀ ਮਿਲਦੇ ਹਾਂ ਜਾਂ ਕੱਲ੍ਹ ਅਤੇ ਸੋ ਫਾਈਨਲੀ ਤਾਂ ਮਿੱਤਰਾਂ ਕਹਿੰਦੇ ਵੀ ਸਵੇਰ ਦਾ ਟਾਈਮ ਹੋ ਚੁੱਕਾ ਸਵੇਰ ਦੇ ਵੱਜ ਗਏ ਨੇ 12:30 ਕੁਛ ਵੱਜ ਗਏ ਨੇ ਅਤੇ ਬਾਕੀ ਤਾਂ ਹੁਣ ਆਪਾਂ ਚੱਲਦੇ ਹਾਂ ਜੀ ਗੱਟਾ ਲੈਣ ਜਿਹੜਾ ਆਪਣਾ ਕੱਲ੍ਹ ਰਹਿ ਗਿਆ ਸੀਗਾ ਉੱਥੇ ਮਤਲਬ ਜਿਹੜਾ ਕੱਲ੍ਹ ਆਉਣਾ ਸੀਗਾ ਮਾਲ ਅਤੇ ਬਾਕੀ ਹੁਣ ਆਪਾਂ ਚੱਲਦੇ ਹਾਂ ਮੈਂ ਅਤੇ ਅਮਰ ਚੈੱਕ ਕਰੋ ਰੈਡੀ ਸ਼ੈਡੀ ਹੋ ਕੇ ਬੈਠਾ ਹੈ ਅਤੇ ਉਹਦੀ ਟੋਪੀ ਮੈਂ ਪਾਈ ਦੀ ਮੇਰੀ ਟੋਪੀ ਉਹਨੇ ਪਾਈ ਹੋਈ ਹੈ ਵੇਖ ਲਓ ਅਤੇ ਬਾਕੀ ਯਾਰ ਚੱਲਦੇ ਹਾਂ ਆਪਾਂ ਗੇਰੂ ਗੱਟਾ ਲੈਣ ਅਤੇ ਬਾਕੀ ਫਿਰ ਮਿਲਦੇ ਹਾਂ ਆਪਾਂ ਘਰੇ ਆ ਗਏ ਅਤੇ ਲੈਟਸ ਗੋ ਮਿੱਤਰਾ ਗੱਟਾ ਲੈਣ ਆ ਗਏ ਆਪਾਂ ਮਾਰਕੀਟ ਜਾ ਗਏ ਹੌਲੀ ਹੌਲੀ ਚੈੱਕ ਕਰੋ ਇੱਧਰ ਲੱਗਾ ਸਾਰਾ ਹੌਲੀ ਸਟੈਸ਼ ਕਰੋ ਮਿੱਤਰੋ ਹੋਰ ਹੀ ਆਪਣੀ ਦੁਕਾਨ ਗੱਟਾ ਲੈਣਾ ਹੈ ਮਿੱਤਰੋ ਗੱਟਾ ਲੈਣ ਆਏ ਹਲੇ ਵੀ ਕਹਿੰਦੇ 5 ਮਿੰਟ ਰੋਕਿਓ ਫਿਰ ਆਏਗਾ ਗੱਟਾ ਤੇ 5 ਮਿੰਟ ਰੋਕਿਓ ਫਿਰ ਲਵਾਂਗੇ ਗੱਟਾ 20 ਕਿਲੋ ਦਾ ਵੀ ਗਿਆ ਮਿੱਤਰੋ ਗੱਟੇ ਆ ਗਏ ਨੇ ਤੇ ਇੱਕ ਆਪਾਂ ਵੀ ਰੱਖ ਲਿਆ ਤੇ ਆਪਣਾ ਗੱਟਾ ਜਿਹੜਾ ਰਹਿੰਦਾ ਸੀ ਤੇ ਲੋ ਵੀ ਮਿੱਤਰੋ ਹੁਣ ਸਾਰਾ ਕੰਮ ਨਿਬੇੜਤਾ ਆਪਾਂ ਚਲੋ ਚਲੀਏ ਰੰਗੀਚਾ ਹੈ ਪੂਰਾ ਇੱਧਰ ਜਾ ਕਰ ਹੁਣ ਆਇਆ ਏ ਮਾਲ ਮਿੱਤਰੋ ਚੈੱਕ ਕਰੋ ਓਏ ਇਸ਼ਕ ਗੇਰੂ ਘਟਾ ਆ ਗਿਆ ਥੋੜੀ ਘਰ ਪਿਰਚਾ ਹੈ ਥੋੜੀ ਘਰ ਚੈੱਕ ਕਰੋ 20 ਕਿਲੋ ਦਾ ਘਟਾ ਤੁਹਾਨੂੰ ਮੈਂ ਵਿਖਾ ਵੀ ਦਿੰਦਾ 20 ਕੇਜੀ ਲਿਖਿਆ ਚੈੱਕ ਕਰੋ ਤੇ ਇੱਧਰ ਬੈਲੂਨ ਸੀ ਕਾਲੇ ਰੰਗ ਦਾ ਤੇ ਉਹ ਵੀ ਲਿਬੜ ਗਿਆ ਤੇ ਮਾੜਾ ਮੋਟਾ ਬਾਹਰ ਵੀ ਰੰਗ ਲੱਗਾ ਹੁੰਦਾ ਚੈੱਕ ਕਰੋ ਹੁਣ ਬਾਕੀ ਮਿੱਤਰੋ ਆਏ ਸੀ ਆਪਣਾ ਇਹਦਾ ਵਲੋਗ ਚੈੱਕ ਕਰੋ ਸੋ ਹਾਂਜੀ ਮਿੱਤਰੋ ਆਏ ਸੀਗਾ ਆਪਣਾ ਇਹਦਾ ਵਲੋਗ ਜੇ ਤੁਹਾਨੂੰ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤਾਂ ਯਾਰ ਅਗਲੇ ਵਲੋਗ 'ਚ ਆਪਾਂ ਤੁਹਾਨੂੰ ਵਿਖਾਵਾਂਗੇ ਸਾਰਾ ਸਟੈਚ ਵੀ ਆਪਾਂ ਕੀ ਲੈ ਕੇ ਆਏ ਹਾਂ ਫਿਰ ਤੁਹਾਨੂੰ ਮਤਲਬ ਚੰਗੀ ਤਰ੍ਹਾਂ ਕਨਫਰਮ ਹੋ ਜਾਏਗਾ ਵੀ ਆਹ ਚੀਜ਼ ਆਪਾਂ ਲੈ ਕੇ ਆਏ ਹਾਂ ਉੱਥੇ ਤੁਹਾਨੂੰ ਵਿਖਣ ਨੂੰ ਮਿਲਿਆ ਵੀ ਆਪਾਂ ਆਹ ਲਿੱਤਾ ਆਹ ਲਿੱਤਾ ਚੰਗੀ ਤਰ੍ਹਾਂ ਵਿਖਾਉਣਾ ਆਪਾਂ ਤੁਹਾਨੂੰ ਅਗਲੇ ਵਲੋਗ 'ਚ ਅਤੇ ਬਾਕੀ ਯਾਰ ਅਗਲਾ ਵਲੋਗ ਜ਼ਰੂਰ ਦੇਣਾ ਅਤੇ ਬਾਕੀ ਵਾਲੇ ਵਲੋਗ ਨੂੰ ਜ਼ਰੂਰ ਭੇਜ ਦੇਣਾ ਅਤੇ ਬਾਕੀ ਯਾਰ ਮਿਲਦੇ ਆਪਾਂ ਨੈਕਸਟ ਵਲੋਗ ਦੇ ਨਾਲ ਅਤੇ ਟਿਲ ਦੈਨ ਟੇਕ ਕੇਅਰ ਰੱਬ ਰੱਖਾ।